ਪੰਜਾਬ ਦੇ 143 ਨਿਆ ਅਧਿਕਾਰੀਆਂ ਦੀ 1 ਸਾਲ ਦੀ ਟ੍ਰੇਨਿੰਗ ਪੂਰੀ ਹੋਣ ਤੇ ਇੱਕ ਸਮਾਗਮ ਚੰਡੀਗੜ੍ਹ ਵਿੱਚ ਹੋਇਆ ਇਸ ਦੇ ਨਾਲ ਹੀ ਪੰਜਾਬ ਦੀਆਂ ਅਦਾਲਤਾਂ ਨੂੰ 143 ਜੱਜ ਮਿਲਣਗੇ ਸਮਾਗਮ ਦਾ ਸ਼ੁਭਾਰੰਭ ਕਰਦਿਆਂ ਚੰਡੀਗੜ੍ਹ ਨਿਆ ਅਕਾਦਮੀ ਦੇ ਬੋਰਡ ਆਫ ਗਵਰਨਰਸ ਦੇ ਚੇਅਰਮੈਨ ਹਾਈ ਕੋਰਟ ਦੇ ਜੱਜ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਨੇ ਕਿਹਾ ਹੈ ਕਿ ਨਿਆਂਪਾਲਿਕਾ ਸੰਵਿਧਾਨ ਅਤੇ ਕਾਨੂੰਨ ਦੇ ਸ਼ਾਸਨ ਦੀ ਰੱਖਿਆ ਕਰਦੀ ਹੈ ਅਤੇ ਨਿਆ ਅਧਿਕਾਰੀਆਂ ਨੂੰ ਫੈਸਲਾ ਲੈਣ ਵੇਲੇ ਨਿਰਪੱਖ ਅਤੇ ਸੁਤੰਤਰ ਹੋਣਾ ਜ਼ਰੂਰੀ ਹੈ ਉਹਨਾਂ ਨੇ ਨਿਆ ਅਧਿਕਾਰੀਆਂ ਨੂੰ ਉਹਨਾਂ ਦੀ ਸਮਾਜਿਕ ਜਾਂ ਆਰਥਿਕ ਸਥਿਤੀ ਦੀ ਪ੍ਰਵਾਹ ਕੀਤੇ ਬਿਨਾਂ ਸਾਰਿਆਂ ਨਾਲ ਉਚਿਤ ਵਿਹ ਇਸ ਮੌਕੇ ਜਸਟਿਸ ਅਗਰਮੀਤ ਸਿੰਘ ਸੰਧਾਵਾਲੀਆ ਨੇ ਨਵੇਂ ਨਿਆ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਪੇਸ਼ ਆਣ ਵਾਲੀਆਂ ਚੁਣੌਤੀਆਂ ਬਾਰੇ ਜਾਗਰੂਕ ਕੀਤਾ ਉਹਨਾਂ ਨੇ ਨਵੇਂ ਜੱਜਾਂ ਨੂੰ ਚੰਗੇ ਫੈਸਲੇ ਲੈਣ ਚੰਗਾ ਵਿਹਾਰ ਕਰਨ ਅਤੇ ਚੰਗਾ ਸੋਚਣ ਲਈ ਆਖਿਆ